Havaları yumuşlayın gelmiş. Verin mağlubu aleyhim olur namını görüşürüz. Allah'ın aşkına. Dua her padişah sonra duraya kabul edin. دور دراز تو جتنے قدم نواب کربلا کی شفاعت سے چل رہا ہے ہر قدم تے شان شبیر اپ دین اللہ بانیان دے رز کے چھوانا اس کو جاتا ہے اللہ مشہد اللہ کوئی خطبہ نہیں مولا اس بچے دی زندگی کرے اس کلام دا واسطہ ایک زرائر نامی مومن دور دراز دا سفر کیتی بیٹھے کوشش کر خرائط مل جائے کہ سید ساجدین نمبر دو یتن وین بس ایک بلا امام دی خدمت ہر سال آدھا امام دی دعا نال تاجر بننا امام دی دعا نال بخشش ہوئی سن 60 ہجری چ آیا ہے اپنی گلاں چھوڑ دیو نے تو میں اس ممبر دی قسم ہے شام تک پڑھاں گا قسم تے لوکاں تبلیغ کریے تو اپنے تے تبلیغ رکھنی چاہیے شرور بنا رہا ٹھیک ہے ہم بہت دیر تا صبح تا آیا بیٹھا اس لئے تا شرور ہے ٹھیک ہے سات دن تیرے امام کو ریا کچھ اور پڑھنا ہے لیکن حکم ملے ہیں اے پچھلے دن اچھے میں مجلس پر لیا لیکن تفصیل ہے نہیں دو ہیں بس اجازت منگی بادشاہ فرمایا ترائے دن اور رائے پاؤ بتائیں جلال کے نہ بیٹھ سنگیے توڑے بچیاں دیدے دیگے میں تو توڑا بڑا پرانا جن ہو گیا میں بسم اللہ کروں بھلا ہو گیا میں بسم اللہ کروں یہ بسم اللہ کروں مہمان نے اساں توتن نہ لیا اس واسطے نے وقت پہ دیا اللہ اکبر پھر اجازت منگی امام نال ٹر پہ روضہ رسول تے آکے ایک قدمہ نے جھکیا ہے بادشاہ فرمایا نہیں دور تک اد دل آئے میں سجا تیرے نال ٹران بادشاہ سمجھ نہیں آئی فرمایا میں ٹرنا تو میری ٹور سنیا تیری زندگی ہوئے ہو سکے تمہارا جو اچھی کر دیں اللہ تیرے رزق چندہ ہوگا فرمائے اچھا کافی شاید کے بار دور تر حسبی نسبی شادات دعا پر مجھانا بادشاہ فرمایا زرائب جی گھر بنیے میرا سلام آکھی
ਸਾਰਾ ਵਿੱਚ ਪਾਣੀ ਮੁੱਕ ਪੈਂਦਾ, ਜਿੱਥੇ ਪਾਣੀ ਮਿਲੇ ਮਸ਼ਕੀ ਦਾ ਪਾਣੀ ਦਾ ਭਰੀ ਰੱਖੀ ਤੇਰੀ ਜ਼ਿੰਦਗੀ ਹੋਵੇ। ਮੈਂ ਤਾਂ ਤੇਰਾ ਬੜਾ ਪੁਰਾਣਾ ਨੌਕਰਾਂ, ਝੋਲੇ ਜਲਾਈ ਮੈਂ ਤੇਰੀ ਯਾਦ ਚ ਦੋ ਵਾਰੀ ਛੱਡਦਾ ਸਾਂ ਜੀ ਬਾਬਾ ਜੀ ਬਾਬਾ ਬਿਸਮਿਲ੍ਲਾਹ ਬੜਾ ਭਲਾ ਹੋਵੇ। ਇਮਾਮੇ ਜ਼ਮਾਨਾ ਇੱਜ਼ਤ ਜ਼ਿਆਦਾ ਦੇਵੇ, ਵਾਹ ਵਾਹ। ਤੁਰਿਆ ਚੰਦ ਕਦਮ ਘੋੜੇ ਨੇ ਚਾਹੇ ਆਪਣੇ ਆਪ ਨੂੰ ਅਦਾਏ ਜ਼ਿੰਦਗੀ ਮੁੱਕ ਜਾਏ ਕੋਈ ਪਤਾ ਹੀ। ਇੱਕ ਵਾਰੀ ਅੱਜ ਫਿਰ ਕਰ, ਚਲੋ ਇਮਾਮ ਟੁਰਦੇ ਉਸ ਕੰਡ ਵੇਖ ਲਈ ਸਾਂ, ਚਲਦੀ ਸਵਾਰੀ ਤੋਂ ਪਿੱਛੇ ਬਿਠਾ ਹੈ ਤੇ ਇਮਾਮ ਦੀ ਪੱਗ ਲੱਥ ਕੇ ਗਾਣੇ ਚਾਹੀਏ। ਭਲਾ ਉਹ ਜਿਹਨਾਂ ਐਡੀ ਸੋਹਣੀ ਹਾਏ ਕਰ ਦਿੱਤੀ ਹੈ, ਕਬਰ ਦਾ ਬਾਬਾ ਇੱਜ਼ਤ ਜ਼ਿਆਦਾ ਦੇਵੇ। ਆ ਜਵਾਨੀ ਮੈਂ ਬਿਸਮਿਲ੍ਲਾ ਮੌਲਾ ਸੱਜਾ ਤੇਰਾ ਮਾਤਮ ਕਬੂਲ ਜੀ ਬਾਦਸ਼ਾਹ ਜੀ ਬਿਸਮਿਲ੍ਲਾ ਕਰਾਂ। ਵਾਹ ਭਾਈ ਵਾਹ, ਇਮਾਮ ਨੇ ਇੰਜ ਕਮਰ ਤੇ ਹੱਥ ਦੇਣ, ਚਲਦੀ ਸਵਾਰੀ ਤੂੰ ਧਰਾਕ ਦਿੱਤੇ ਦੌੜਿਆ ਕਦਮਾਂ ਤੇ ਹੱਥ ਲਾ ਕੇ ਆਦਾ, ਵਾਹ ਬਾਦਸ਼ਾਹ ਹਜ਼ੂਰ ਰੋਵੇਂ ਮੈਂ ਘਰ ਵੰਜਾ ਨਹੀਂ ਵੰਜਦਾ। ਇਮਾਮ ਫਰਮਾਇਆ ਨਹੀਂ, ਘਰਾਂ ਵਾਲਿਆਂ ਘਰਾਂ ਨੂੰ ਵੰਜਣਾ ਤਾਂ ਹੋਇਆ, ਮਤਲਬ ਹਜ਼ੂਰ ਪੈ ਰੋਂਦੇ। ਫਰਮਾਇਆ ਮੈਂ ਰੋਨਾ ਹਰ ਸਾਲ ਹੀ ਆਉਣਾ ਹੈ ਤੇ ਹਰ ਸਾਲ ਮੈਨੂੰ ਪੁੱਛਣਾ ਹੈ ਮੌਲਾ ਕੋਈ ਸ਼ਹਿ ਮੰਗਵਾ। ਇਸ ਵਾਰੀ ਚੁੱਪ ਕਰਕੇ ਤੁਰ ਪਿਆ। ਅਦਾ ਬਾਦਸ਼ਾਹ ਸੱਚੀ ਗੱਲ ਤੇ ਮੈਂ ਡਰ ਗਿਆ, ਜੇ ਮਤਾ ਇਮਾਮ ਆਖੇ ਸਾਡੀ ਵਜ੍ਹਾ ਤੋਂ ਨਵਾਬੀ ਮਿਲੀ, ਹੁਣ ਸਾਨੂੰ ਨਵਾਬੀਆਂ ਪਿਆ ਦੱਸਦਾ, ਮੈਂ ਤਾਂ ਡਰ ਗਿਆ ਬਾਦਸ਼ਾਹ। ਇਮਾਮ ਫਰਮਾਇਆ ਚੱਲ ਤੈਂ ਨਹੀਂ ਆਖਿਆ, ਮੈਂ ਆਪ ਮੰਗਲਾਂ। ਅਦਾ ਬਖਤ ਤਰਸਿਨ ਅਗਰ ਕੋਈ ਸ਼ਾਇ ਬੰਦਾ ਕਿਹੜਾ ਹੈ ਜਿਹਦਾ ਹੱਥ ਸੀਨੇ ਤੇ ਨਾ ਆਵੇ, ਅੱਲਾ ਜਾਣਦਾ ਹੈ। ਫਰਮਾਇਆ ਮੌਲਾ ਬਖਤ ਤਰਸਿਨ ਕੁਝ ਮੰਗੋ। ਇਮਾਮ ਫਰਮਾਇਆ ਮੋੜ ਅਗਲੇ ਸਾਲ 40 ਚਾਦਰਾਂ ਬਣਵਾਈ। ਜਿਹੜੇ ਧਿਆਨ ਚ ਬੈਠੇ ਹੋ ਧਿਆਨ ਚ ਬੈਠੇ, ਜਿਹਨਾਂ ਨੀਤੀ ਹੈ ਬੜੀ ਸੋਹਣੀ ਨੀਤ ਲਈਏ। ਮੈਂ ਬਿਸਮਿਲ੍ਲਾ ਕਰਾਂ ਜੀ ਜਵਾਨੀ ਨਸੀਬ ਹੋਵੇ। ਅਕਬਰ ਦਾ ਬਾਬਾ ਤੇਰਾ ਸਿਰ ਦਾ ਪੁਰਸਾ ਕਬੂਲ ਫਰਮਾਵੇ। ਮੈਂ ਜ਼ਿਆਦਾ ਪੜ ਗਿਆ, ਥੋੜ੍ਹਾ ਹੋਰ ਪੜ੍ਹ, 5-6 ਮਿੰਟ ਖਤਮ। ਹਿੱਸਾ ਮਿਲਦੇ ਬਾਦਸ਼ਾਹ ਹੁਸੈਨ, ਉਸ ਅੱਖ ਨੂੰ ਕਰੋੜਾਂ ਸਲਾਮ ਹੈ ਜਿਹਦਾ ਨਿਕਲਿਆ ਅਥਰੂ ਸ਼ਬੀਰ ਦੇ ਜ਼ਖਮਾਂ ਦੀ ਮੱਲਮ ਆਉਂਦਾ ਹੈ। ਮੁੱਲ ਪਈ ਸੀ ਕਬਰ 'ਚ, ਮੁੱਲ ਪਈ ਸੀ ਕਬਰ 'ਚ, ਇਸ ਹਾਏ ਦਾ ਮੁੱਲ ਪਈ ਸੀ ਕਬਰ 'ਚ। 17 ਦਸੰਬਰ ਰਬੀਉਲ ਅਵਲ ਦਾ ਆਖਰੀ ਅਤਵਾਰ, ਮੇਰੇ ਗਰੀਬ ਖਾਨੇ ਦੇ ਮਜਲਸੇ, ਔਰ ਮਿਹਰਬਾਨੀ ਕਰ ਸਕੋ ਲੰਗਰ ਬਾਦਸ਼ਾਹ ਦਾ, ਜ਼ਾਕਿਰ ਬਾਦਸ਼ਾਹ ਦੇ ਬੇਬਹਾ ਹੋ ਸਕੇ ਸਦਾ ਜੀ ਉੱਚਾ। ਧੀਆਂ ਦੇ ਪਰਦੇ ਉਹਨੇ 17 ਰਬੀ ਰਬੀਉਲ ਅਵਲ ਦਾ ਆਖਰੀ ਅਤਵਾਰ 17 ਦਸੰਬਰ ਬਸ। ਅਗਰ ਕੋਈ ਮੋਮਨ ਗਰੀਬ ਹੋਵੇ, ਕਿਸੇ ਕੋਲ ਕਿਰਾਇਆ ਨਾ ਹੋਵੇ, ਤਾਂ ਮੈਂ ਉੱਥੇ ਆਇਆ ਦਿਸ, ਗਰੀਬ ਹੱਕਦਾਰ ਜਿਹੜਾ ਹੋਇਆ ਮੈਂ ਘਰ ਜੀ। ਖਿਦਮਤ ਨੌਕਰ ਨਹੀਂ, ਮੈਂ ਆਪ ਰੋਟੀ ਚਾਹ ਕੇ ਤੁਹਾਡੇ ਅੱਗੇ ਰੱਖ ਸਕਾਂ। ਚਿਹਰੇ ਬੜੇ ਬੈਠੇ ਹਨ ਜਿਹੜੇ ਜਾਣਦੇ ਮੌਲਾ ਹੁਸੈਨ ਜ਼ਿਆਦਾ ਜਾਂਦੇ ਹਨ। ਲਓ ਇੱਕ ਵੈਂਡ ਸੁਣ ਲਓ, 40 ਚਾਦਰ ਬਾਦਸ਼ਾਹ ਘਰ ਮੰਨਿਓ, ਅਗਲੇ ਸਾਲ ਨੂੰ ਕੀ ਕਰਨਾ ਹੈ। ਪੇਸ਼ਵਾ ਮੈਂ ਹੈ ਸਾਰੇ ਮਦੀਨੇ ਦੀਆਂ ਚਾਦਰਾਂ ਬਾਜ਼ਾਰ ਦੀਆਂ ਲੈ, ਤੇਰੇ ਦਰਵਾਜ਼ੇ ਤੇ ਹੁਣੇ ਆਇਆ। ਨੌਕਰ ਬੜਾ ਸੋਹਣਾ ਵਸਦਾ, ਫਰਮਾਇਆ ਲੋੜ ਅਗਲੇ ਸਾਲ ਉਸ ਦੀ। ਵਾਹ ਵਾਹ, ਉਹ ਮੈਂ ਬਿਸਮਿਲ੍ਲਾ ਕਰਨਾ ਚਾਹੁੰਦਾ, ਉਹ ਤੇਰੀ ਜ਼ਿੰਦਗੀ ਆਉਣੀ ਆ, ਬੱਚਿਆਂ ਦੀ ਜ਼ਿੰਦਗੀ ਆਉਣੀ। ਮੈਂ ਬਿਸਮਿਲ੍ਲਾ ਕਰਾਂ, ਮਿਜ਼ਾਜ ਮਿਲਾ ਏ ਕਰਬਲਾ, ਮੋਹਰ ਲੱਗੀ ਆ ਅਕਬਰ ਦੇ ਬਾਬਾ ਕੇ ਸੱਕੇ। ਅੱਲਾਹੁ ਅਕਬਰ, ਧੀਆਂ ਦੇ ਪਰਦੇ ਉਹਨੇ ਜੀ ਬਿਸਮਿਲ੍ਲਾ ਕਰਾਂ, ਬੱਚਿਆਂ ਦੀ ਜ਼ਿੰਦਗੀ ਉਹਨੇ।
अदमावलावत यमन तो बनवे सा यमनी चादरा बहु मशहूर है फरमाया चादरा ओ बनवाई जड़ियां परदेदार उत्ते करें दियां अदमावला में बनवासा इमाम फरमाया मदीने नहीं आवना क्यों बादशाह मैं नहीं आवना अच्छा मौला बंदे बाबे और योसेन फरमाया बाबे और कोई नहीं आवना अदमावला समझ आ गए बीवी लया सा बहना नाल लया सा ਉਹ ਅੰਦਰ ਸੈਣਾ ਨੂੰ ਚਾਦਰਾਂ ਦੇ ਲਈ ਸਨ ਮੈਂ ਤੇਰੇ ਬੂਹੇ ਤੇ ਬਹਾਰੀ ਦੇ ਲਈ ਸਨ ਮੇਰਾ ਅੱਜ ਪੂਰਾ ਫਰਮਾਇਆ ਨਾ ਰਵਾ ਤੇਰੀਆਂ ਸੈਣੀ ਵੀ ਘਰ ਨਹੀਂ ਹੋਇਆ ਹੱਕੀ ਹੈ ਹੱਕੀ ਜਿਹੜਾ ਅਦਾ ਕੀਤਾ ਹੀ ਹੈ ਹੱਕੀ ਮੈਂ ਬਿਸਮਿਲ੍ਲਾ ਕਰਾਂ ਵਾਹ ਭਾਈ ਵਾਹ ਉਹ ਮੈਂ ਬਿਸਮਿਲ੍ਲਾ ਕਰਾਂ ਬਾਦਸ਼ਾਹ ਮੌਲਾ ਇੱਕ ਆਖਿਆ ਨੇ ਚਾਲੀ ਚਾਦਰ ਉਤੋਂ ਆਖਿਆ ਨੇ ਮਦੀਨੇ ਨਾ ਆਵੀ ਮੈਂ ਕਿੱਥੇ ਲੈ ਆਵਾਂ ਇਮਾਮ ਫਰਮਾਇਆ ਤੂੰ ਨਾ ਆਵੀਂ ਮੈਂ ਆਸਾਂ ਸਦਕੋ ਹਾਂ ਅਸਕਲਾ ਨਾ ਸੋ ਹਾਂ ਮੇਰੇ ਘਰ ਫਰਮਾਇਆ ਨਹੀਂ ਤੇਰੇ ਘਰ ਮੈਂ ਕਿਸੇ ਆਵਣ ਨਹੀਂ ਦੇਵਣਾ ਬੋਲ ਮੈਨੂੰ ਸਮਝ ਆ ਗਈ ਹੈ ਤੇ ਮੈਂ ਜਿਤਨਾ ਵੱਡਾ ਵੀ ਨਵਾਬ ਹਾਂ ਤੁਹਾਡੀ ਜੁੱਤੀ ਦੇ ਸਦਕੇ ਇਲਾਕੇ 'ਚ ਤੇ ਐਡਾ ਵੱਡਾ ਨਵਾਬ ਵੀ ਹੁਣ ਕੋਈ ਨਹੀਂ ਜਿਹੜਾ ਮੈਂ ਹਾਂ ਤੇ ਜਿਹੜਾ ਵੀ ਹੋਵਾਂ ਜਿਹੜੀਆਂ ਤੇ ਜੁੱਤੀਆਂ ਸਾਫ਼ ਕਰਨੀਆਂ ਕਰਨੀਆਂ ਜਿਹੜੇ ਰਈਸ ਦੇ ਬੂਹੇ ਤੇ ਉਸੇ ਹੈ ਭਾਈ ਔਰ ਅੰਜਾ ਦਿਓ ਇੱਥੇ ਮਿਹਰਬਾਨੀ ਜਿਹੜੇ ਰਈਸ ਦੇ ਦਰਵਾਜ਼ੇ ਤੇ ਵੀ ਨੌਕਰ ਉੱਥੇ ਲਗਾਵੇ ਜਿਹੜੇ ਰਈਸ ਦੇ ਬੂਹੇ ਤੇ ਉਸੋ ਮਿਹਰਬਾਨੀ ਕਰਿਆ ਪੰਜ ਮਿੰਟ ਸਿਰਫ ਪੜਨਾ ਬਾਅਦ ਆਪਣਾ ਕੰਮ ਕਰ ਲਵੇ ਉਸ ਦਰਵਾਜ਼ੇ ਤੇ ਮੈਂ ਉਥਾ ਹੀ ਆਸਾਂ ਮੇਰੀ ਸ਼ਾਨ ਵਿੱਚ ਕੋਈ ਫਰਕ ਹੈ ਫਰਮਾਇਆ ਜੇ ਯਾਦ ਰੱਖੇ ਪੰਜ ਰਬੀਉਲ ਅਵਲ ਸੁਬਹ ਦਾ ਵੇਲਾ ਤੇ ਅਸਕਲਾਮ ਦਾ ਦਰਬਾਰ ਜਿਹੜਾ ਬੰਦਾ ਅਜੇ ਤੱਕ ਹਾਏ ਨਹੀਂ ਕਰ ਸਕਿਆ ਹੱਥ ਜੋੜ ਕੇ ਕਹਿੰਦਾ ਪੁਰਾਣਾ ਨੌਕਰਾਂ ਇੱਕ ਗੱਲ ਕਰਨੀ ਅਸਕਲਾਮ ਦਰਬਾਰ ਆਵਣਾਈ ਤੇ ਕਲੀਜ਼ਾਂ ਵੀ ਨਾਲ ਲੈ ਕੇ ਨਾ ਆਵੀ ਮੌਲਾ ਉਸ ਦਰਬਾਰ 'ਚ ਸਾਰਾ ਦਿਨ ਲੋਕ ਸ਼ਰਾਬਾਂ ਪੀਂਦੇ ਨੇ ذکر تے رویں بڑی شکل تے بولیا تیری سائیاں کوئی قبول نہیں ہے کرنی ممبر رسول تے ہاتھ آئی ذکر تے رو تے بول جنج بول سکنا ਮੈਂ ਆਪਣੇ ਈਮਾਨ ਔਰ ਅਕੀਦੇ 'ਚ ਪੂਰਾ ਬੰਦਾ ਜਿਹੜੀ ਖਰਾਇਤ ਮੁਹੰਮਦ ਦੀ ਧੀ ਲਿਖੇ ਉਸ 'ਤੇ ਯਕੀਨ ਰੱਖਣਾ ਚਾਹੀਦਾ ਅੱਲਾਹ ਤੁਹਾਡੀ ਜ਼ਿੰਦਗੀ ਕਰਨੇ ਸਦਾ ਦੀ ਹੋ ਬੱਚਿਆਂ ਦੀ ਜ਼ਿੰਦਗੀ ਹੋ ਭਲਾ ਹੋਵੇ ਤੁਹਾਡਾ ਜਿਹੜੇ ਇਸ ਜਗਰ 'ਤੇ ਬੈਠੇ ਹੋ ਮੇਰੇ ਸਾਹਮਣੇ ਵਤਨ ਤੁਰ ਆਇਆ ਬੀਵੀ ਨੂੰ ਆਦਾ ਇਮਾਮ ਸਲਾਮ ਲੈਂਦੇ ਹਨ ਆਦੀ ਮੈਨੂੰ ਬਿਲਾਈ ਚੱਲਿਆ ਆਦਾ ਨਾ ਘਬਰਾ ਇਮਾਮ ਆਉਂਦੇ ਪਏ ਇੱਥਾਂ ਹੀ ਆਉਂਦੇ ਮੈਂ ਬਿਸਮਿਲ੍ਲਾ ਕਰਾਂ ਅੱਛਾ ਮੈਂ ਸੈਣੀ ਦੀ ਜ਼ਿਆਰਤ ਵੀ ਕਰਨੀ ਆਉਂਦੀ ਨਾ ਅੱਜ ਤੇਰੀਆਂ ਸੈਣੀ ਵੀ ਆਉਂਦੀਆਂ ਪਈਆਂ ਤੜਪ ਕੇ ਉੱਚੀ ਆਦੀ ਕਿਸੇ ਬੜੇ ਰਈਸੀ 'ਚ ਬੋਲਦਾ ਪਿਆ ਕੋਈ ਬੜਾ ਵੱਡਾ ਨਵਾਬ ਬਣਿਆ ਬੈਠਾ ਅੱਜ ਗੱਲਾਂ ਕਿਹੜੀਆਂ ਤੇ ਤੂੰ ਗੱਲ ਕਹਿੰਦੀ ਕਹਿੰਦੀ ਸੈਣੀ ਵੀ ਆਉਂਦੀਆਂ ਪਈਆਂ ਤੈਨੂੰ ਕੋਈ ਇਲਮ ਹੈ ਤੂੰ ਕੋਈ ਜਾਣਨਾ ਮੈਂ 9 ਦਿਨ ਰਹੀਆਂ ਪਿਛਲੀ ਵਾਰੀ ਗਈਆਂ ਤੇ 9 ਦਿਨ ਹੀ ਵੇਖਦੀ ਰਹੀਆਂ ਜਦੋਂ ਉੱਠਦੀ ਆਈ ਨਮਾਜ਼ ਕੰਨ ਚਾਰ ਚਾਰ ਦਾਈਆਂ ਸਹਾਰਾ ਕੋਈ ਬੈਠਾ ਹੈ ਕੋਈ ਬੈਠਾ ਹੈ ਸੁਣਨ ਵਾਲਾ ਜਾਂ ਕੋਈ ਨਹੀਂ ਮੈਂ ਬਿਸਮਿਲ੍ਲਾ ਕਰਾਂ ਇਮਾਮੇ ਜ਼ਮਾਨਾ ਇੱਜ਼ਤ ਜ਼ਿਆਦਾ ਦੇਵੇ ਉਹ ਕਿੱਥੇ ਅਸਕਲਾਮ ਕਿੱਥੇ ਮਦੀਨਾ ਕਿੱਥੇ ਅਲੀ ਦੀਆਂ ਧੀਆਂ ਫਰਮਾਇਆ ਇਮਾਮ ਦੀ ਇਮਾਮਤ ਦੀ ਕਸਮ ਕੋਲੋਂ ਨਹੀਂ ਇਮਾਮ ਖੁਦ ਫਰਮਾਇਆ ਅਦੀ ਹੁਣ ਸਮਝ ਆ ਗਈ ਹੈ ਇੱਕ ਰਾਤ ਬੈਠੀਆਂ ਤੇ ਮਜ਼ਦੂਰਾਂ ਕੋਲ ਬਹਿ ਗਈਆਂ ਤੇ ਗੱਲਾਂ ਹੁੰਦਿਆਂ ਅਲੀ ਅਕਬਰ ਦੀ ਸ਼ਾਦੀ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਉਸ ਲਈ ਸੈਣ ਫਰਮਾਇਆ ਹਾਂ ਮੈਂ ਸੁਣਿਆ ਅਲਬ ਦੇ ਬਾਦਸ਼ਾਹ ਦਰ ਪੁੱਤਰ ਪੜੀ ਸਾਂ ਗੰਢ ਪੈ ਗਈ ਉਸੀ ਅਕਬਰ ਦੀ ਜਾਂਜ ਨਾਲ ਔਖੀ ਵੀ ਆਈ ਜ਼ਰੂਰ ਆ ਸੀ ਵਾਹ 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 ਆ ਤੇਰਾ ਭਲਾ ਹੋਵੇ ਮੌਲਾ ਤੇਰੇ ਬੈਣ ਕਬੂਲ ਕਰੇ ਇਸ ਹਾਏ ਦਾ ਕਬਰ 'ਚ ਪਤਾ ਲੱਗ ਸੀ ਕਿਹੜੀ ਸੋਹਣੀ ਹਾਏ ਕੀਤੀ ਹੈ ਮੈਂ ਬਿਸਮਿਲ੍ਲਾ ਕਰਾਂ ਪੁਰਾਣਾ ਨੌਕਰਾਂ ਬਾਦਸ਼ਾਹ ਜੀ ਤੁਹਾਡਾ ਦੁਆ ਚਾਹਨਾ ਉਹਦਾ ਜਾਣਦਾ ਧੀਆਂ ਲਿਓ ਹੋਰ ਕਰੀ ਬਾਵਾਂ ਗਾਸਿਬ ਨਾ ਬਣਾ ਇੱਕ ਵੈਣ ਸੁਣਾਵਾਂ ਧੀਆਂ ਲਿਓ ਸਾਰੀ ਗੱਲ ਛੋੜ ਦਿੱਤੀ ਪੰਜ ਦਾ ਦਿਨ ਸੁਬਹ ਦਾ ਵੇਲਾ ਮੁਸੱਲੇ ਤੇ ਬੈਠ ਇੱਕ ਗੁਲਾਮ ਆਇਆ ਜੁਰੈਬ ਜੀ ਇੱਕ ਗੱਲ ਕਰਨੀ ਹਾਂ ਹਾਂ
वो पैसे की लोड़ है नहीं है रे बोल नेता दामे मेरे पीर कुरान बड़ा सोना पढ़ता इन दे बेचे शाकी नहीं जवानी हमारे झोली फैलाई जमकन आया बैठा वाह वाह मुल पै जा सी कबर जैस रोमन का जिथे सज्जन छोड़ के टुरे ते सरां दी आवाज आसी ना रो मैं अकबर दा बाबा तेरे कोल आया बैठा तू मेरे गम च रुना घबरावी ना कबर तेन रोमन ना दिसा मेरे पीर कुरान पढ़ते ही बड़ा सोना आता चंगे पढ़ते उस जिनक दे के आता जुबान बंद कर चंगा पढ़ते उस मेरे पीर ने जब पढ़ते ही कोई नहीं आता सोना पढ़ते उस लेकिन तेरे पीर ठंडा पानी पी के पढ़ते उस किसे नरम जा बैठ के पढ़ते उस जेड़े कारी नू मैं डिठा ही कुरान पढ़ता ही नेजे दी नो तेरे भाई नंगे सर शराबियां च खड़ के आदि पर मैं कुरान भीड़ बद जी बाबा जी बाबा जी बाबा जेड़े मंगण आए बैठे हो जेड़े पिंडण आए बैठे हो जी मेरा सरदार अकबर का बाबा इज्जत ज्यादा दे ओ मौला सजाद तेरा मुंह दा पुरसा कब जी बादशाह जी मैं बिस्मिल्लाह करा सर झुका लिया जी मैं रोमनियां दा सर झुका लई जी बाबा आना आना जिंदगी दा पता नहीं केड़े मोड़ ते मुकदा अदा कुरान एडा सोना पढ़दा है परिंदे हवा च रुक वेंदे न अदा मामा दियां झोलियां च खीर पींदे छोड़ के आ दिन बागी नहीं कुरान दा कारी मारिया मातम करना ही तमाई दा डे एक तड़प के उठिया है अदा कारी किथे अदा बाजार च अदा टोर मेरे नाल मैं उस कारी दा कुरान सुनना शादा पढ़ ला तू सुन ले बाजार आया किथे कारी इथाई पढ़दा हुण पता नहीं झूठ मारे कोई नहीं नालो सफाई गुजर कीता है मोढ़ा हिलाया भाई ओ जेड़ा कारी इत्थे कुरान पे पढ़दा कोई पता है किथे गया है मुस्कुरा के आदा हुण दरबार दाखल पे आउण लई मत गई तमहीद अल्लाह जानदा है दरबार दे दरवाजे ते आया है अली दियां धियां नंगे सर दरबार दाखल हो गुनाहां दी माफी मंगी गुनाहां दी माफी मंगी जे मंगण आया बैठा था ओ तेरी जवानी सलामत होवे ओ तेरे बच्चियां दी जिंदगी होवे जी मेरा सरदार बिस्मिल्लाह करा मैं तो तुहाडे घर दा हां जी बिस्मिल्लाह करा जी बाबा जी बाबा जी बाबा जी अदा वड्डा नवाब है औलादे रसूलो गद्दी ते वारसो जिंज रवायत में पढ़ा या किनारा करा मैं दूसरी वाली सैयदा दा पूछना जिंज रवायत में सुनावा फिर मैं बीबी गड्डी तक जाना नसीब ना करे अगर रोवण वास्ते गलत आखा ये दरबार दे दरवाजे ते हाकम दी दीद पई है अदा जुराएर चंगे वेले आया है ते बड़ा बड़ा नवाब है इत्थे ना खलो इत्थे मेरे नाल कुर्सी ते आ बाए मैं तेनु कई दियां दा तमाशा दिखावा और तेरिया धियां दे परदे ओले गुलाम कुर्सी ते अली दियां धियां नंगे सर कोई बीबी आ दिए बाबा मेरे पैर सजना ਬੰਦਾ ਦਿਖਾ ਜਿਹੜਾ ਮਾਤਮ ਨਹੀਂ ਕਰਾਂਦਾ ਇਹ ਮਿੰਟਾਂ ਦਾ ਮੁਹਤਾਜ ਬਣਾ ਲਿਆ ਜਿਕਰ ਜੀ ਜਵਾਨੀਆਂ ਮਾੜੇ ਅਕਬਰ ਦਾ ਬਾਬਾ ਇੱਜ਼ਤ ਜ਼ਿਆਦਾ ਜਵੀ ਮਾ ਬਿਸਮਿਲਲਾ ਕਰਾ ਜੀ ਬਾਦਸ਼ਾਹ ਜੀ ਬਾਦਸ਼ਾਹ ਅਗਲੀ ਸਤਰ ਸੁਣ ਲੈ ਸੇ ਔਖੀ ਗੱਲ ਪਿਆ ਕਰਨਾ ਹੈ ਸੁਣ ਲੈ छोटी सैन बिरा दा मोड़ा हिलाया सजा तेरे मिजाज रलाएं जो मंगना ही मंग लई अख बस ते मंगी जरूर छोटी सैन बिरा दा मोड़ा हिलाया सजा छे मंजिला पिछू आदा आया भैन अस्कलाना वंडे अस्कलाना वंडे मेरे तो मनन वाला उतरांदा है मैं उदे घरों तेनु ठंडा पानी पले जा वे सजाद मैनु पानी दी लोड़ नहीं वीर जे ओ मोमिन मौजूद है ओनु पुछ दे मैं मिट्टी ते बह जा वे वीर मेरे पैर सुज गए मेरियां कलियां जख्मी हो गईयां कंड कर बाओ जेड़ा दा रोवे नहीं आंदा मोई दा देखी भावे मैं तुहाडे घर दा अल्लाह जानदा जा भैण
محمد باقر پیو دا موڑا ہلا کیا دے اجڑ گیا او سامنے کرسی تے دیکھ او بابا چاچا زرائر کرسی تے بیٹھا ہے او بابا آنکھے تے جی بابا جی بابا اے خرائط ہے محمد دی دید دیتی ہوئی مسافر شام تے نورنگ لاوے جی بابا اللہ دے نہیں دو منٹ اور پڑھ سا جی ہاتھ نہ جوڑ نیاز بندہ بچے دی زندگی ہوئی اللہ اکبر فرمایا پوتر نہ دس بیٹا اس مینو بسدا ڈٹھا بادشاہ جی صدر تواڈی نظر پیا کرنا پوتریں دے وے کہ مت مر ونجے اجا پیو تے پتراں دی کلام ہوندی پئی ہے انشاءاللہ پڑھ لا تو سن لے یا موذن کہ اللہ اکبر ہر شاہ چپ کر گئی ہے او بورے آلیو خدا جان دے موزن آزان دے دا آیا ہے جڑے ویلے موزن آکھا ہے شہد ون محمد رسول اللہ اس ویلے سجاد کمر سدھی کر کے دا نانا ویکھ لایا تیرا دین بچ گیا او نانا ویکھ میری ماں شرابیاں چ ننگے سر کھلی آئی نانا شکتی بسم اللہ کرا او میں بسم اللہ کرا انج نہیں جڑا بندہ اج تائیں رو نہیں سکیا منگ نہیں سکیا اللہ جاندا ہے دھیاں لیو ادھروں امام بولیا تے ادھروں زرائر اٹھیا تیری بھی قسمت میری بھی قسمت اللہ جاندا ہے ٹر پیا اے ظالم ہاتھ چ ہاتھ پا کے ادا کتے ادا اس کئی بھی در ادا بیٹھ تو نواب اے او میرا کئی دی اے ادا میں سڑے نا اودی جرات نہیں ایتھے آسی تے تیری گل سن سی ادا کتیا زبان بند کر لائے میں اونوں سکاواں جدی آواز میرے چوتھے امام اللہ کرے میں بھول گا آواز میرے امام جی بابا ادرو کو من اللہ جی جوانی مان اللہ جاندا ہے بابا جی ٹر پیا ہے ساری گل اس گل واسطے کیتی جڑی نے ایک دعائی دل چ رکھی ایویں نیڑے لگایا ہے ادا کئی دی سڑدیاں شرم آندا ہے مینو دس کتھوں دا وستا ہے غریب دا مدینہ محمد دا ادا اللہ مار محلہ کھیڑا ہی غریب دا مدینہ محمد دا بنی ہاشم دا محلہ ادا اپنا نا دسا سید دا زرائر نام نہیں چالی چادر لایا یا زہرہ کر لے ماتم قبر دی رات چنگی ہو سی جی بابا آکھ دینا ضروری ہوئے فرمایا چادرا میں نو میرے امام آکھیاں فرمایا زرائر میں نو سنیان میں تیرا چوتھا امام آکل ہی ہوئے جے سمجھے اشارہ کر گیا دا مولا اے پردے دار سیدہ دا اکھاں بند کر لائے میری ماں دے وال کھلے ہوئے نا اللہ جاندا ہے گھر نو دوڑیا ہے کٹھا ہے بازار چ بیوی چادر لئی آندی اگے زرائر اللہ دا نا جلدی دربار لے جا اگے میں دربار آیا تینوں کہیں دسیا ہے اگے تو باہر گیا ہے کبھی بھی آئی جے ہاتھ پاسے تے آئے کیڑی آدی ہے یاد کا چادر دے شرابیاں دی بھیڑ بن گئی ہے او میری زینب دربار ننگے سر کھلیے او میری آندیاں دے وار